हाँ जी, सत श्री अकाल दोस्तों। पंजाब न्यूज़ टीवी देख रहे सारी श्रोतियां नु जी आया नु जी। पंजाब च इत्थे पानी ने मचाती भारी तबाही, मच्छी हाहाकार। इस वेले दी वड्डी खबर। खबर नु शुरू करन तो पहला जिन्होंने चैनल नु सबसक्राइब नहीं किया सबसक्राइब कर लैन, ते वीडियो नु वध तो वध लाइक एंड शेयर भी कर देना। ते जिन्होंने ऑनलाइन शॉपिंग करनी है लिंक डिस्क्रिप्शन च, उत्थे जाके तुसीं ऑनलाइन शॉपिंग कर सकते। हाँ, हुण ਪੰਜਾਬ ਵਿੱਚ ਇੱਥੇ ਪਾਣੀ ਵੱਲੋਂ ਭਾਰੀ ਤਬਾਹੀ ਮਚਾਈ ਗਈ ਹੈ, ਹਾਹਾਕਾਰ ਮੱਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਅਧੀਨ ਆਉਣ ਵਾਲੇ ਪਿੰਡ ਰਾਜਾਵਾਲੀ ਤੋਂ ਨਹਿਰ ਪਾਣੀ ਦੇ ਕਾਰਨ ਹੋਈ ਭਾਰੀ ਨੁਕਸਾਨ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਪਿੰਡ ਵਿੱਚ ਨਹਿਰ ਵਿੱਚ ਪਾੜ ਪੈਣ ਕਾਰਨ ਲੋਕਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ। ਜਿੱਥੇ ਇਹ ਘਟਨਾ ਰਾਤ ਦੇ ਸਮੇਂ ਵਾਪਰੀ ਹੈ, ਇਸ ਦਾ ਪਤਾ ਉਸ ਸਮੇਂ ਲੱਗਾ ਜਦੋਂ ਪਿੰਡ ਰਾਜਾਵਾਲੀ ਦਾ ਇੱਕ ਕਿਸਾਨ ਸੰਜੀਵ ਕੁਮਾਰ ਵੱਲੋਂ ਰਾਤ ਦੇ ਸਮੇਂ ਲਗਭਗ 12 ਵਜੇ ਦੇ ਕਰੀਬ ਇਹ 20 ਫੁੱਟ ਦਾ ਪਾੜ ਪਿਆ ਹੋਇਆ ਵੇਖਿਆ ਗਿਆ, ਜਿੱਥੇ ਇਸ ਪਾੜ ਦੇ ਕਾਰਨ ਕਿਸਾਨਾਂ ਦੀਆਂ 1 ਸੈਂਕੜੇ ਏਕੜ ਜ਼ਮੀਨ ਪਾਣੀ 'ਚ ਡੁੱਬ ਗਈ। ਉੱਥੇ ਇਸ ਘਟਨਾ ਦੀ ਜਾਣਕਾਰੀ ਤੁਰੰਤ ਹੀ ਨਹਿਰੀ ਵਿਭਾਗ ਨੂੰ ਦਿੱਤੀ ਗਈ, ਜਿਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਇਸ ਪਾੜ ਨੂੰ ਪੂਰਾ ਕੀਤੇ ਜਾਣਾ ਸ਼ੁਰੂ ਕਰ ਦਿੱਤਾ ਗਿਆ। ਸੂਚਨਾ ਮਿਲਦੀ ਹੀ ਨਹਿਰੀ ਵਿਭਾਗ ਵੱਲੋਂ ਤੁਰੰਤ ਹੀ ਹਰਕਤ ਵਿੱਚ ਆਉਂਦੇ ਰਾਤ ਦੇ ਸਮੇਂ ਹੀ ਨਹਿਰੀ ਪਾਣੀ ਨੂੰ ਰਾਤ 2 ਵਜੇ ਦੇ ਕਰੀਬ ਬੰਦ ਕਰਾ ਦਿੱਤਾ ਗਿਆ। ਇੱਥੇ ਹੀ ਸਵੇਰ ਦੇ ਸਮੇਂ ਤੁਰੰਤ ਇਸ ਪਾੜ ਨੂੰ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ। ਉੱਥੇ ਕਿਸਾਨਾਂ ਵੱਲੋਂ ਦੱਸਿਆ ਗਿਆ ਹੈ ਕਿ ਇਸ ਪਾਣੀ ਦੇ ਕਾਰਨ ਕਿਸਾਨਾਂ ਦੀ ਕਣਕ ਅਤੇ ਕਿੰਨੂ ਦੇ ਬਾਗ ਪਾਣੀ ਨਾਲ ਬੁਰੀ ਤਰ੍ਹਾਂ ਨੁਕਸਾਨੇ ਗਏ। ਖਬਰ ਨੂੰ ਲਾ ਸਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।